ਪ੍ਰਧਾਨ ਮੰਤਰੀ ਮੋਦੀ ਤੋਹਫੀਆਂ ਦੀ ਗਠੜੀ ਖੋਲੇ ਬਿਨਾਂ ਹੀ ਵਾਪਸ ਮੁੜ ਗਏ ਨੇ ਕੋਈ ਸੰਤੁਸ਼ਟ ਹੈ ਕੋਈ ਨਾਰਾਜ਼ ਹੈ ਸਤਰੀਕਾਲ ਜੀ ਦਾ ਖਾਲਸ ਟੀਵੀ ਦਾ ਪ੍ਰਾਈਮ ਟਾਈਮ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰ ਸ਼ਰਨ ਕਾਲ ਭਾਜਪੀ ਦੇ ਦਫਤਰ ਤੋਂ ਤਾਜ਼ੀ ਤਾਜ਼ੀ ਖਬਰ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਮੁਲਤਵੀ ਹੋਇਆ ਹੈ ਰੱਦ ਨਹੀਂ ਹੋਇਆ ਹੈ ਅਗਲੀ ਫੇਰੀ ਦੀ ਨਵੀਂ ਤਾਰੀਖ ਵੀ ਮੁਕਰਰ ਨਹੀਂ ਹੋ ਸਕੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਵੀ ਨਹੀਂ ਹੋ ਸਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦौरा ਅੱਧ ਵਿਚਾਲੇ ਰਹਿ ਜਾਣ ਨੂੰ ਲੈ ਕੇ ਜਿੱਥੇ ਪੰਜਾਬੀਆਂ ਦਾ ਇੱਕ ਵੱਡਾ ਹਿੱਸਾ ਹੁਭਰ ਹੈ ਉੱਥੇ ਪੰਜਾਬੀਆਂ ਦਾ ਇੱਕ ਵਰਗ ਅਜਿਹਾ ਵੀ ਹੈ ਜਿਹੜਾ ਪੰਜਾਬ ਨੂੰ ਮਿਲਣ ਵਾਲੇ ਸਹੂਲਤਾਂ ਦੇ ਪਟਾਰੇ ਤੋਂ ਵਾਂਝਾ ਰਹਿ ਜਾਣ ਕਾਰਨ ਅਫਸੋਸ ਦੇ ਵਿੱਚ ਵੀ ਹੈ ਹਾਲਾਂਕਿ ਦੂਸਰੀ ਧਿਰ ਦੇ ਲੋਕ ਨੇ ਜਿਹੜੇ ਉਹ ਹੀ ਕਹਿ ਰਹੇ ਨੇ ਕੇ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਲਈ ਹਜ਼ਾਰਾਂ ਕਰੋੜਾਂ ਦੇ ਪੈਕੇਜ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਉਹ ਪੈਕੇਜ ਮਿਲਿਆ ਨਹੀਂ ਸਿਰਫ ਐਲਾਨ ਹੀ ਸੀ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨੂੰ ਲੈ ਕੇ ਵੱਡੇ ਵੱਡੇ ਐਲਾਨਾਂ ਦੀ ਗੱਲ ਹੋ ਰਹੀ ਸੀ ਚਰਚਾ ਹੋ ਰਹੀ ਸੀ ਉਹ ਜਾਣ ਬੁਝ ਕੇ ਮੀਡੀਆ ਦੇ ਵਿੱਚ ਫੈਲਾਈ ਜਾ ਰਹੀ ਸੀ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਵਿਰੋਧ ਨਾ ਹੋ ਸਕੇ ਖੈਰ ਇਹ ਸਾਰੀਆਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਚਰਚਾਵਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਾਨ ਮੰਤਰੀ ਦੇ ਦੌਰੇ ਤੋਂ ਵੱਡੀਆਂ ਆਸਾਂ ਸਨ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਸਮਝਿਆ ਜਾ ਰਿਹਾ ਸੀ ਕਿ ਨਰਿੰਦਰ ਮੋਦੀ ਵੋਟਰਾਂ ਨੂੰ ਪਰਮਾਉਣ ਤੇ ਕਿਸਾਨ ਅੰਦੋਲਨ ਤੋਂ ਬਾਅਦ ਬੀਜੇਪੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ ਨੂੰ ਮੁੜ ਜੋੜਨ ਦੇ ਲਈ ਕਈ ਅਹਿਮ ਤੇ ਵੱਡੇ ਐਲਾਨ ਕਰ ਸਕਦੇ ਨੇ ਤੇ ਉਹਨਾਂ ਨੂੰ ਅਮਲੀ ਜਾਮਾ ਵੀ ਪਹਿਨਾ ਸਕਦੇ ਨੇ ਹੁਣ ਕਈ ਸਿਰ ਕੱਢ ਕਾਂਗਰਸ ਤੇ ਅਕਾਲੀ ਦਲ ਦੇ ਕਈ ਲੀਡਰਾਂ ਦੇ ਬੀਜੇਪੀ ਦੀ ਬੇੜੀ ਵਿੱਚ ਸਵਾਰ ਹੋਣ ਦੀ ਚਰਚਾ ਵੀ ਚੱਲ ਰਹੀ ਸੀ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਦੇ ਲਈ 25 ਏਕੜ ਰਕਬੇ ਦੇ ਵਿੱਚ ਪੰਡਾਲ ਲਾਇਆ ਗਿਆ ਸੀ ਜਿਹਦੇ ਵਿੱਚ 80000 ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਇੰਤਜ਼ਾਮ ਕੀਤਾ ਗਿਆ ਸੀ ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਕਿਹਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਨਾ ਮਾਰਿਆ ਕਿ ਆਪਣੇ ਮੁੱਖ ਮੰਤਰੀ ਨੂੰ ਸੁਨੇਹਾ ਦੇ ਦਿਓ ਕਿ ਮੈਂ ਬਠਿੰਡੇ ਤੱਕ ਜਿਉਂਦਾ ਵਾਪਸ ਪਹੁੰਚ ਗਿਆ ਹਾਂ ਉਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਸਾਰੇ ਜਿਹੜੇ ਇਲਜ਼ਾਮ ਬੀਜੇਪੀ ਦੇ ਰੱਦ ਕਰ ਦਿੱਤੇ ਸੀ ਜਿਹੜੇ ਉਹ ਕਹਿ ਰਹੇ ਸੀ ਕਿ ਮੁੱਖ ਮੰਤਰੀ ਦੀ ਜਿਹੜੀ ਚੰਨੀ ਦੀ ਸਰਕਾਰ ਹੈ ਉਸ ਦੇ ਵੱਲੋਂ ਸੁਰੱਖਿਆ ਦੇ ਵਿੱਚ ਵੱਡੀ ਚੂਕ ਹੈ ਜਿਹੜੀ ਉਹ ਰੱਖੀ ਗਈ ਹੈ ਜਾਣ ਬੁਝ ਕੇ ਉਹਨਾਂ ਨੇ ਅਜਿਹਾ ਕੀਤਾ ਹੈ ਤਾਂ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਜਿਹਾ ਕੁਝ ਵੀ ਨਹੀਂ ਹੈ ਸਾਨੂੰ ਦੱਸਿਆ ਹੀ ਨਹੀਂ ਗਿਆ ਕਿ ਬਠਿੰਡੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੜਕੀ ਰਾਹ ਦੇ ਰਾਹੀ ਜਾਣਾ ਹੈ ਸਾਨੂੰ ਜਾਣਕਾਰੀ ਦਿੱਤੀ ਹੁੰਦੀ ਤਾਂ ਅਸੀਂ ਕੱਲਾ-ਕੱਲਾ ਰਾਹ ਖਾਲੀ ਕਰਵਾ ਦਿੰਦੇ ਤੇ ਇਸੇ ਦਰਮਿਆਨ ਚੰਨੀ ਨੇ ਇਹ ਵੀ ਕਿਹਾ ਕਿ ਦਰਅਸਲ ਤਕਲੀਫ ਇਸ ਗੱਲ ਤੋਂ ਹੋਈ ਹੈ ਕਿ ਬੈਠਣ ਲਈ ਕੁਰਸੀਆਂ ਤਾਂ 70000 ਰੱਖੀਆਂ ਸੀ ਪਰ ਬੰਦਾ 700 ਵੀ ਨਹੀਂ ਪਹੁੰਚਿਆ ਇਸ ਕਰਕੇ ਇਹਨਾਂ ਨੇ ਜਾਣਬੁੱਝ ਕੇ ਦੌਰਾ ਰਾਦ ਕੀਤਾ ਹੈ ਤੇ ਸਾਡੇ ਸਿਰ ਇਹਦਾ ਇਲਜ਼ਾਮ ਮੜ ਦਿੱਤਾ ਹੈ ਖੈਰ ਇਹ ਹੁਣ ਸਭ ਤੋਂ ਵੱਡਾ ਸਵਾਲ ਉੱਠ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਰਕਾਰ ਪੰਜਾਬ ਨੂੰ ਦੇਣਾ ਕੀ ਸੀ ਕਿਹੜੇ ਅਹਿਮ ਐਲਾਨ ਕਰਨੇ ਸੀ ਜਿਹੜੇ ਕਿ ਰਹਿ ਗਏ ਨੇ ਪੰਜਾਬ ਨੂੰ ਮਿਲਣੋਂ ਪ੍ਰਧਾਨ ਮੰਤਰੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਦੇ ਵਿੱਚ ਜੇ ਪਹੁੰਚ ਰਹੇ ਸੀ ਤਾਂ ਕੁਝ ਵੱਡਾ ਹੀ ਲੈ ਕੇ ਪਹੁੰਚ ਰਹੇ ਸੀ ਇਹ ਜੋ ਖਬਰਾਂ ਮਿਲੀਆਂ ਨੇ ਉਸ ਤੋਂ ਸਾਨੂੰ ਪਤਾ ਚੱਲਿਆ ਕਿ ਚੋਣਵੀਂ ਸੌਗਾਤ ਦੇ ਵਜੋਂ 42000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀ ਪੱਥਰ ਰੱਖਣ ਦਾ ਪ੍ਰੋਗਰਾਮ ਸੀ ਪੰਜਾਬ ਦੇ ਲਈ ਵਿਸ਼ੇਸ਼ ਪੈਕੇਜ ਐਲਾਨਣ ਦੀ ਵੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਸੀ ਪੰਜਾਬ ਨੂੰ ਦਿੱਤੇ ਜਾਣ ਵਾਲੇ ਸੰਭਾਵੀ ਪੈਕੇਜ ਦਾ ਪੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਐਨ ਮੌਕੇ ਤੇ ਖੋਲਿਆ ਜਾਣਾ ਸੀ ਤੇ ਬੀਜੇਪੀ ਦੀ ਪੰਜਾਬ ਇਕਾਈ ਅਤੇ ਕੇਂਦਰੀ ਲੀਡਰਸ਼ਿਪ ਦੇ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਸੀ ਇਹ ਖਬਰ ਮਿਲੀ ਹੈ ਸੋ ਇਸ ਤੋਂ ਜਾਪਦਾ ਸੀ ਕਿ ਪੰਜਾਬ ਦੇ ਲਈ ਕਈ ਅਹਿਮ ਐਲਾਨ ਹੋਣਗੇ ਪਰੋਸੇਯੋਗ ਸੂਤਰਾਂ ਦੇ ਮੁਤਾਬਿਕ ਬੀਜੇਪੀ ਦੀ ਪੰਜਾਬ ਇਕਾਈ ਨੇ ਕੇਂਦਰੀ ਲੀਡਰਸ਼ਿਪ ਦੇ ਮੂਹਰੇ ਮੰਗਾਂ ਦਾ ਜਿਹੜਾ ਚਾਰਟਰ ਰੱਖਿਆ ਸੀ ਉਸ ਵਿੱਚ ਪੰਜਾਬ ਦੀ ਸਨਤ ਨੂੰ ਹੁਲਾਰਾ ਦੇਣ ਦੇ ਲਈ ਵਿਸ਼ੇਸ਼ ਪੈਕੇਜ 5 ਏਕੜ ਤੱਕ ਦੀ ਜ਼ਮੀਨ ਮਾਲਕੀ ਵਾਲੀ ਕਿਸਾਨੀ ਨੂੰ ਕਰਜ਼ਾ ਮਾਫੀ ਦਲਿਤ ਭਾਈਚਾਰੇ ਦੇ ਲਈ ਕਿਸਾਨੀ ਤਰਸ ਤੇ ਸਿੱਧੇ ਖਾਤੇ ਦੇ ਵਿੱਚ ਰਾਸ਼ੀ ਪਾਇਆ ਜਾਣ ਦੀ ਸਕੀਮ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਐਲਾਨ ਹਾਲਾਂਕਿ ਰਿਹਾਈ ਦਾ ਐਲਾਨ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 2019 ਚ ਵੀ ਬੀਜੇਪੀ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਜਿਹੜਾ ਕਿ ਹਾਲੇ ਤੱਕ ਪੂਰਨੀ ਚੜਿਆ ਇਸ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਦੇ ਲਈ ਬੀਮਾ ਯੋਜਨਾ ਪੰਜਾਬ ਦੇ ਗਵਾਂਡੀ ਸੂਬਿਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦੇਣ ਦੀ ਮੰਗ ਵੀ ਸ਼ਾਮਿਲ ਕੀਤੀ ਗਈ। ਇਹ ਸਾਨੂੰ ਖਬਰ ਮਿਲੀ ਹੈ ਕਿ ਇਹ ਸਭ ਕੁਝ ਐਲਾਨਿਆ ਜਾਣਾ ਸੀ ਤੇ ਨਾਲ ਹੀ ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਦੀ ਚਰਚਾ ਜਿਹੜੀ ਚੱਲ ਰਹੀ ਸੀ ਉਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਹ ਐਲਾਨ ਪੱਕਾ ਕੀਤਾ ਜਾਣਾ ਸੀ ਕਿ ਨਹੀਂ। ਪ੍ਰਧਾਨ ਮੰਤਰੀ ਵਿਕਾਸ ਪ੍ਰੋਜੈਕਟਾਂ ਦੇ ਤਹਿਤ ਦੋ ਵੱਡੇ ਸੜਕੀ ਗਲਿਆਰਿਆਂ ਦਾ ਨੀਂ ਪੱਥਰ ਰੱਖਣ ਤੋਂ ਇਲਾਵਾ ਅੰਮ੍ਰਿਤਸਰ 19 ਸੈਕਸ਼ਨ ਨੂੰ ਚੌਂ ਮਾਰਗੀ ਕਰਨ ਦਾ ਨੀਂ ਪੱਥਰ ਵੀ ਉਹਨਾਂ ਨੇ ਰੱਖ ਕੇ ਜਾਣਾ ਸੀ ਇਹ ਮੁਕੰਮਲ ਤੈਅ ਹੋ ਚੁੱਕਿਆ ਸੀ ਫਿਰੋਜ਼ਪੁਰ ਦੇ ਵਿੱਚ 100 ਬੈੱਡਾਂ ਵਾਲਾ ਪੀਜੀਆਈ ਸੈਟੇਲਾਈਟ ਸੈਂਟਰ ਇਹਦਾ ਵੀ ਨੀਂ ਪੱਥਰ ਰੱਖਿਆ ਜਾਣਾ ਸੀ ਜਿਸ ਤੇ 490 ਕਰੋੜ ਰੁਪਏ ਖਰਚੇ ਜਾਣੇ ਸੀ ਇਹ ਵੀ ਤੈ ਹੋ ਚੁੱਕਿਆ ਸੀ ਇਸ ਤੋਂ ਇਲਾਵਾ ਦਿੱਲੀ ਕਟੜਾ ਹਾਈਵੇ ਸਮੇਤ ਕਈ ਹੋਰ ਵੱਡੇ ਪ੍ਰੋਜੈਕਟਾਂ ਦਾ ਫਿੱਟਾ ਕੱਟਣ ਦਾ ਪ੍ਰੋਗਰਾਮ ਵੀ ਹਾਲ ਦੀ ਘੜੀ ਮੁਲਤਵੀ ਹੋ ਗਿਆ ਹੈ ਸੋ ਹੁਣ ਇਹ ਜਿਹੜੀ ਖਬਰ ਮਿਲੀ ਹੈ ਬੀਜੇਪੀ ਦਫ਼ਤਰ ਤੋਂ ਕਿ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਜਿਹੜਾ ਉਹ ਮੁਲਤਵੀ ਕੀਤਾ ਗਿਆ ਹੈ ਰੱਦ ਨਹੀਂ ਕੀਤਾ ਗਿਆ ਆਉਂਦੇ ਦਿਨਾਂ ਦੇ ਵਿੱਚ ਮੋੜ ਤੋਂ ਉਹ ਦੌਰਾ ਹੋ ਸਕਦਾ ਹੈ ਇਸ ਬਾਰੇ ਵੀ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਹਾਲ ਦੀ ਘੜੀ ਤਾਂ ਰੈਲੀ ਰੱਦ ਹੋਣ ਤੋਂ ਬਾਅਦ ਸਿਆਸਤ ਦੇ ਵਿੱਚ ਸਿਆਸੀ ਲੀਡਰਾਂ ਦੇ ਵਿੱਚ ਸਿਰਫ ਤੇ ਸਿਰਫ ਰਾਜਨੀਤੀ ਹੀ ਚੱਲ ਰਹੀ ਹੈ ਸਿਆਸਤ ਚੱਲ ਰਹੀ ਹੈ ਇੱਕ ਦੂਸਰੇ ਦੇ ਖਿਲਾਫ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਸਿਰਫ ਪੰਜਾਬ ਦੀ ਸਿਆਸਤ ਵਿੱਚ ਹੀ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਈ ਹੈ ਇਸ ਕਰਕੇ ਪੂਰੇ ਭਾਰਤ ਦੀ ਸਿਆਸਤ ਇਸ ਮੁੱਦੇ ਦੇ ਵਿੱਚ ਕੁਦਪਈ ਹੈ ਤੇ ਆਪੋ ਆਪਣੇ ਬਿਆਨ ਜਾਰੀ ਕੀਤੇ ਜਾ ਰਹੇ ਨੇ ਟਵਿੱਟਰ ਹੈ ਜਿਹੜਾ ਉਹ ਵੀ ਇਸ ਖਬਰ ਦੇ ਨਾਲ ਹੀ ਗਰਮ ਹੈ ਕਿ ਪੰਜਾਬ ਦੇ ਵਿੱਚ ਪਰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਜਿਹੜੀ ਰੈਲੀ ਆ ਉਹ ਨਹੀਂ ਹੋ ਸਕੀ ਅਤੇ ਪੰਜਾਬ ਦੇ ਵਿੱਚ ਮੁਲਕ ਦੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਪੂਰੇ 20 ਮਿੰਟ ਤੱਕ ਰੁਕਿਆ ਰਿਹਾ ਇਸ ਦੇ ਵਿੱਚ ਗਲਤੀ ਕਿਹਦੀ ਹੈ ਸੁਰੱਖਿਆ ਏਜੰਸੀਆਂ ਪੂਰੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਨਾਲ ਹੁੰਦੀਆਂ ਨੇ ਬਹੁਤ ਹੀ ਵੱਡਾ ਕਾਫਲਾ ਸੁਰੱਖਿਆ ਦਾ ਹੁੰਦਾ ਹੈ ਦਾਇਰਾ ਬਹੁਤ ਵੱਡਾ ਹੁੰਦਾ ਹੈ ਤੇ ਸੂਬੇ ਦੀ ਵੀ ਜਿਹੜੀ ਸਾਰੀ ਸੁਰੱਖਿਆ ਹੈ ਉਹ ਇੱਕ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੀ ਆਮਦ ਲਈ ਲੱਗੀ ਹੁੰਦੀ ਹੈ ਇਹ ਸਭ ਦੇ ਦਰਮਿਆਨ ਗਲਤੀ ਕਿੱਥੇ ਹੋਈ ਹੈ ਕਸੂਰ ਕਿਸ ਦਾ ਹੈ ਕਿਸਾਨਾਂ ਦਾ ਵਿਰੋਧ ਹੈ ਜਿਹੜਾ ਉਹ ਵੀ ਇਸ ਤਸਵੀਰ ਦੇ ਵਿੱਚ ਵੱਡੇ ਤੌਰ ਤੇ ਦਿਖ ਰਿਹਾ ਹੈ ਤੇ ਸਭ ਦੇ ਦਰਮਿਆਨ ਸਭ ਤੋਂ ਵੱਡਾ ਸਵਾਲ ਸੀ ਜਿਹੜਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਦੇ ਨਾਲ ਕੀ ਪੰਜਾਬ ਨੂੰ ਨੁਕਸਾਨ ਹੋਇਆ ਹੈ ਕੀ ਪੰਜਾਬ ਕਾਫੀ ਕੁਝ ਲੈ ਜਾਣ ਤੋਂ ਵਾਂਝਾ ਰਹਿ ਗਿਆ ਹੈ ਇਹ ਜਿਹੜਾ ਸਵਾਲ ਹੈ ਉਹ ਕਹਿ ਸਕਦੇ ਆ ਕਿ ਸਮੇਂ ਦੇ ਗਰਭ ਦੇ ਵਿੱਚ ਪਿਆ ਹੈ ਧੰਨਵਾਦ